ਤਰ੍ਹਾਂ ਹੈ ਵੀ ਕੱਲ੍ਹ ਜਿਹੜੀ ਬੇਮੌਸਮੀ ਬਰਸਾਤ ਹੋਈ ਹੈ, ਬਹੁਤ ਜ਼ਿਆਦਾ ਮੀਂਹ ਪਿਆ ਅਤੇ ਉਹ ਬਰਸਾਤ ਨਾਲ ਸਮਰਾਲਾ ਇਲਾਕੇ 'ਚ ਤਾਂ 5-6 ਪਿੰਡਾਂ ਦਾ ਬਹੁਤ ਜ਼ਿਆਦਾ ਗੜੇਮਾਰ ਨਾਲ ਨੁਕਸਾਨ ਹੋਇਆ ਔਰ ਸਾਰੇ ਪੰਜਾਬ ਵਿੱਚ ਨੁਕਸਾਨ ਹੋਇਆ, ਕਣਕਾਂ ਵਿਛ ਗਈਆਂ ਅਤੇ ਬਹੁਤ ਭਾਰੀ ਨੁਕਸਾਨ ਹੈ। ਸਰਕਾਰ ਨੂੰ ਤੁਰੰਤ ਇਹਦੇ ਸਪੈਸ਼ਲ ਗੁਰਦੌਰੀ ਦੇ ਹੁਕਮ ਦੇਣੇ ਚਾਹੀਦੇ ਔਰ ਸਪੈਸ਼ਲ ਗੁਰਦੌਰੀ ਕਰਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਉਹਨਾਂ ਦਾ ਵੱਧ ਤੋਂ ਵੱਧ ਦੇਣਾ ਚਾਹੀਦਾ, ਕਿਉਂਕਿ ਸਾਰਾ ਦਾਰੋ ਮਦਾਰ ਇਸ ਫਸਲ 'ਤੇ ਹੁੰਦਾ ਕਿਸਾਨ ਦਾ। ਜੇ ਉਹਨੂੰ ਮੁਆਵਜ਼ਾ ਨਾ ਦੇਣਗੇ ਤਾਂ ਕਿਸਾਨ ਵਿਚਾਰਾ ਫਸ ਜਾਏਗਾ। ਇਸ ਲਈ ਸਰਕਾਰ ਤੋਂ ਮੰਗ ਹੈ ਵੀ ਛੇਤੀ ਤੋਂ ਛੇਤੀ ਸਪੈਸ਼ਲ ਗੁਰਦੌਰੀ ਦੇ ਹੁਕਮ ਦਿੱਤੇ ਜਾਣ। ਫਸਲ ਦੀ ਗੱਲ ਕਰੀਏ ਤਾਂ ਕਿਹੜੀ ਕਿਹੜੀ ਫਸਲ ਨੂੰ ਅਤੇ ਸਬਜ਼ੀਆਂ ਨੂੰ ਇਹਦਾ ਨੁਕਸਾਨ ਹੋਇਆ? ਦੇਖੋ, ਇਸ ਵੇਲੇ ਜਿਹੜਾ ਨੁਕਸਾਨ ਹੋਇਆ, ਸਭ ਤੋਂ ਵੱਧ ਚਾਰਾ ਨਹੀਂ ਛੱਡਿਆ ਇਹਨਾਂ ਪਿੰਡਾਂ ਵਿੱਚ, ਸਰੋਂ ਨਹੀਂ ਛੱਡੀ। ਜਿਹੜੀ ਮੱਕੀ ਬੀਜੀ ਲੋਕਾਂ ਨੇ, ਆਲੂ ਪੱਟ ਕੇ, ਉਹ ਮੱਕੀ ਵੀ ਤਬਾਹ ਹੋ ਗਈ ਅਤੇ ਕਣਕ ਦਾ ਬਹੁਤ ਵੱਡੀ ਪੱਧਰ 'ਤੇ ਨੁਕਸਾਨ ਹੋਇਆ। ਕਣਕਾਂ ਵਿਛ ਗਈਆਂ ਔਰ ਗੜਿਆਂ ਨਾਲ ਜਿਹੜਾ ਬੱਲੀਆਂ ਸੀ ਉਹ ਸਾਰੀਆਂ ਤੋੜ ਦਿੱਤੀਆਂ, ਤੋ ਇਹ ਤਾਂ ਬਹੁਤ ਵੱਡਾ ਨੁਕਸਾਨ ਹੈ।